ਸਤਿ ਸ਼੍ਰੀ ਅਕਾਲ ਬਾਈ ਜੀ। ਬਾਈ ਜੀ, ਮੈਂ ਕੁਲਦੀਪ ਸਿੰਘ, ਪਿੰਡ ਪੁਰਾਣੇ ਵਾਲਾ, ਜ਼ਿਲ੍ਹਾ ਮੋਗਾ ਦੇ ਰਹਿਣ ਵਾਲਾ। ਬਾਈ ਜੀ, ਬਾਈ ਜੀ, ਮੈਂ ਮੋਟਾਪੇ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਸੀ। ਮੇਰਾ 1 ਕੁਇੰਟਲ 36 ਕਿਲੋ ਭਾਰ ਸੀ ਅਤੇ ਮੇਰਾ ਚੂਲਾ ਬਹੁਤ ਦਰਦ ਕਰਦਾ ਸੀ। ਜਦੋਂ ਮੈਂ ਡਾਕਟਰਾਂ ਦੀ ਸਲਾਹ ਲੈਂਦਾ ਸੀ ਚੂਲੇ ਬਾਰੇ, ਤਾਂ ਡਾਕਟਰ ਕਹਿੰਦੇ ਵੇਟ ਜ਼ਿਆਦਾ, ਚੂਲਾ ਪਾਇਆ ਵੀ ਸਹੀ ਨਹੀਂ ਰਹਿਣਾ। ਤਾਂ ਚਲੋ, ਮੈਨੂੰ ਕਿਸੇ ਨੇ ਦੱਸਿਆ ਕਿ ਮੋਗੇ ਮਿੱਤ ਸੂ ਡਾਕਟਰ ਆ, ਵੀ ਤੁਸੀਂ ਉਹਦੇ ਨਾਲ ਗੱਲਬਾਤ ਕਰੋ, ਉਹਨੂੰ ਮਿਲੋ। ਜਦੋਂ ਮੈਂ ਮੋਗੇ ਆਏ, ਡਾਕਟਰ ਸਾਹਿਬ ਕੋਲ ਆਇਆ ਤਾਂ ਗੱਲਬਾਤ ਕੀਤੀ ਤਾਂ ਮੇਰਾ ਪੂਰਾ ਮਨ ਬਣ ਗਿਆ। ਡਾਕਟਰ ਸਾਹਿਬ ਨੇ ਗੱਲਬਾਤ ਬਹੁਤ ਵਧੀਆ ਕੀਤੀ। ਡਾਕਟਰ ਕਹਿੰਦੇ ਵੀ ਤੂੰ ਬੇਫਿਕਰ ਹੋ ਕੇ ਆ ਜਾਓ, ਆਪਰੇਸ਼ਨ ਕਰ ਦਿੰਦੇ ਹਾਂ ਅਤੇ ਕੋਈ ਦਿੱਕਤ ਨਹੀਂ ਆਉਂਦੀ। ਚਲੋ, ਮੈਂ ਘਰ ਜਾ ਕੇ ਬੱਚਿਆਂ ਕੋਲ ਗੱਲਬਾਤ ਕੀਤੀ। ਮੈਂ ਕਿਹਾ ਵੀ ਇੱਦਾਂ ਕਰਕੇ ਵੀ ਮੈਂ ਡਾਕਟਰ ਮਿੱਤ ਸੂਦ ਨੂੰ ਮਿਲਿਆ, ਬੱਚੇ ਕਹਿੰਦੇ ਨਹੀਂ ਆਪਾਂ ਦਰਾਹੇ ਤੋਂ ਆਪਰੇਸ਼ਨ ਕਰਾਉਣਾ। ਮੈਂ ਬੱਚਿਆਂ ਨੂੰ ਕਿਹਾ ਮੈਨੂੰ ਡਾਕਟਰ ਬਹੁਤ ਵਧੀਆ ਲੱਗਾ, ਵੀ ਤੁਸੀਂ ਘਬਰਾਓ ਨਾ, ਮੈਂ ਆਪਾਂ ਇੱਥੋਂ ਕਰਾ ਦਿੰਦੇ। ਚਲੋ, ਅਸੀਂ ਹੋਸਪਿਟਲ ਕਿਸੇ ਨੂੰ ਰਿਸ਼ਤੇਦਾਰ ਨੂੰ ਨਹੀਂ ਦੱਸਿਆ, ਕਿਸੇ ਨੂੰ ਪਿੰਡ 'ਚ ਨਹੀਂ ਦੱਸਿਆ, ਅਸੀਂ ਆਪਰੇਟ ਇੱਥੋਂ ਕਰਾਤਾ ਅਤੇ ਆਪਰੇਟ ਬਹੁਤ ਵਧੀਆ ਹੋਇਆ। ਹੁਣ 2 ਸਾਲ ਹੋ ਗਏ ਆਪਰੇਟ ਕਰਾਏ ਨੂੰ। ਮੇਰਾ ਪਹਿਲਾਂ ਵਜਨ 1 ਕੁਇੰਟਲ 36 ਕਿਲੋ ਸੀ, ਹੁਣ ਮੇਰਾ ਭਾਰ 78 ਕਿਲੋ ਰਹਿ ਗਿਆ। ਮੈਂ ਦੇਖੋ ਜੀ, ਪਹਿਲਾਂ ਖੇਤ 'ਚ ਕੰਮ ਨਹੀਂ ਕਰ ਸਕਦਾ ਜੀ, ਹੁਣ ਮੈਂ ਖੇਤ 'ਚ ਕੰਮ ਵੀ ਕਰ ਲੈਣਾ, ਟਰੈਕਟਰ ਚਲਾਉਣਾ, ਸਾਰੇ ਕੰਮ ਕਰਦਾ। ਮੇਰਾ ਥੋੜ੍ਹਾ ਜਿਹਾ ਬਿਜਲੀ ਵਾਲੇ ਆਪਣੇ ਖੇਤ ਆਏ, ਕੋਈ ਬਿਜਲੀ ਦਾ ਕੰਮ ਸੀ ਮੋਟਰਾਂ ਦਾ, ਅਤੇ ਬਿਜਲੀ ਵਾਲੇ ਜਦੋਂ ਆਏ ਤਾਂ ਮੈਨੂੰ ਕਹਿੰਦੇ ਬਾਈ ਜੀ, ਕੁਲਦੀਪ ਨੂੰ ਸੁਨੇਹਾ ਦੇ ਦਿਓ ਜਾ ਕੇ ਵੀ ਕੱਲ੍ਹ ਨੂੰ ਕੰਮ ਤੁਹਾਡਾ ਇੱਥੇ ਕਰਾਂਗੇ। ਮੈਂ ਹੱਸ ਪਿਆ, ਮੈਂ ਉਹਨਾਂ ਨੂੰ ਕਿਹਾ ਬਾਈ ਜੀ ਕੁਲਦੀਪ ਸਾਹਿਬ ਮੈਂ ਹੀ ਹਾਂ। ਉਹ ਮੈਨੂੰ ਕਹਿੰਦੇ ਯਾਰ ਤੂੰ ਕੀ ਹੋ ਗਿਆ, ਵੀ ਤੈਨੂੰ ਇੰਨਾ ਵਧੀਆ ਤੇਰਾ ਬਾਡੀ ਬਣ ਗਈ ਆ। ਮੈਂ ਫਿਰ ਉਹਨਾਂ ਨੂੰ ਦੱਸਿਆ, ਮੈਂ ਕਿਹਾ ਯਾਰ ਵੀ ਐਂ ਕਰਕੇ ਮੈਂ ਆਪਰੇਟ ਕਰਾਤਾ ਸੀਗਾ, ਅਤੇ ਵੀ ਐਂ ਕਰਕੇ ਤਾਂ ਕਰਕੇ ਵੀ ਮੈਨੂੰ ਤਾਂ ਬਹੁਤ ਵਧੀਆ ਲੱਗਾ ਵੀ ਮੇਰਾ ਭਾਰ ਤਾਂ 78 ਕਿਲੋ ਰਹਿ ਗਿਆ 1 ਤੋਂ। ਅਤੇ ਬਾਕੀ ਕੋਵਿਡ ਫ੍ਰੀ ਹੋਸਪਿਟਲ ਆ ਇਹ, ਕੋਈ ਕੋਵਿਡ ਦੀ ਫੀਸ ਨਹੀਂ, ਜਦੋਂ ਮਰਜ਼ੀ ਆਓ, ਜਦੋਂ ਮਰਜ਼ੀ ਕੁਛ ਕਰੋ, ਕੋਈ ਮੁਸ਼ਕਲ ਨਹੀਂ। ਅਤੇ ਬਾਕੀ ਬਾਈ ਜੀ, ਮੈਂ ਤਾਂ ਇਹੀ ਮੈਸੇਜ ਸਾਰਿਆਂ ਦਿੰਦਾ ਵਾਂ ਵੀ ਜਿਨ੍ਹਾਂ ਨੇ ਮਤਲਬ ਜਿਨ੍ਹਾਂ ਦਾ ਵੇਟ ਤੋਂ ਪਰੇਸ਼ਾਨ ਆ ਜਾਂ ਕੋਈ ਗੱਲਬਾਤ ਆ, ਵੀ ਚੁੱਪ ਕਰਕੇ ਆਪਰੇਸ਼ਨ ਕਰਾਓ, ਡਰੋ ਨਾ, ਕਿਉਂਕਿ ਸਟਾਫ ਸਾਰਾ ਬਹੁਤ ਵਧੀਆ, ਭੈਣ ਭਾਈਆਂ ਨਾਲ ਵਰਤਾਅ ਕਰਦਾ, ਭੈਣ ਭਾਈਆਂ ਵਾਂਗੂ। ਅਤੇ ਬਾਕੀ ਡਾਕਟਰ ਸਾਹਿਬ ਜਿਵੇਂ ਪਹਿਲਾਂ ਗੱਲਾਂ ਬਾਤਾਂ ਕਰਦੇ, ਹੁਣ ਵੀ ਉਵੇਂ ਗੱਲਾਂ ਬਾਤਾਂ ਕਰਦੇ ਆ। ਯਾਨੀ ਮੈਂ ਤਾਂ ਇਹੀ ਕਹੂੰਗਾ ਵੀ ਤੰਗ ਨਾ ਹੋਵੋ, ਜਿਹਦੇ ਗੋਡੇ ਵੀ ਗੋਡਿਆਂ ਤੋਂ ਪਰੇਸ਼ਾਨ ਆ, ਕੋਈ ਮੋਟਾਪੇ ਵਾਲਾ ਜਾਂ ਕੋਈ ਚੂਲੇ ਤੋਂ ਪਰੇਸ਼ਾਨ ਆ, ਵੀ ਉਹ ਆਪਦਾ ਆਪਰੇਟ ਕਰਾਓ, ਆਪਰੇਟ ਕਰਾ ਕੇ ਆਪਦੀ ਜ਼ਿੰਦਗੀ ਨੂੰ ਸੌਖੀ ਬਤੀਤ ਕਰੋ। ਬਾਕੀ ਮੈਂ ਤਾਂ ਹੁਣ ਦੇਖੋ ਜੀ, ਜਿਵੇਂ ਕਈ ਵਿੱਚ ਬੰਦੇ ਕਹਿੰਦੇ ਵੀ ਪਿੱਕ ਪੁੱਗ ਨਹੀਂ ਲਾਉਣਾ ਗਾ, ਮੈਂ ਤਾਂ ਪਿੱਕ ਪੁੱਗ ਵੀ ਲਾ ਲੈਣਾ, 2 ਸਾਲ ਹੋ ਗਏ, ਬਹੁਤ ਵਧੀਆ ਮੈਂ ਤਾਂ ਰਿਜ਼ਲਟ ਮਿਲਿਆ। ਬਾਕੀ ਬਾਈ ਜੀ ਧੰਨਵਾਦ, ਮੈਂ ਤਾਂ ਇਹੀ ਕਹੂੰਗਾ ਸਾਰਿਆਂ ਨੂੰ ਵੀ ਠੀਕ ਆ।